माइक नहीं लगाया तो गल कर सकूं, म्यूजिक लगा पीछे गाना, एक तो फिर भी चाहते ना आते बाजी का बाजी में छड़न गए तो बाजी का एक मेहमान है ये से मतलब मोदी ने भी और ऐसे चीनी जो ये जो मैं तो दो दिन लाए ने असि मैं भी इतना दिन हूँ ना फिर भी मेरे हाथ से है से तो मैंने अपने सिर च हारिश होनी शुरू हो गया तो नाल भी बनाने बनाई है ऐसी और बड़ी अच्छी गई है क्योंकि असि मेरे हम मेरे सिर च भी कोई बाजी के सिर च ਤੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਜਿਮਾ ਕੋਈ ਨਹੀਂ ਹੈ ਤੇ ਉਂਝ ਲੱਗੀ ਉਹਨਾਂ ਨੂੰ ਉਹ ਤਾਂ ਪਤਾ ਲੱਗ ਗਿਆ ਹੈਗਾ ਉਹ ਤੇ ਕਿੰਨੀ ਮਾ ਤੇ ਕਿੰਨੀ ਇੱਕ ਜਗ੍ਹਾ ਤੋਂ ਤਿੰਨ ਤਿੰਨ ਕਿੰਨੇ ਵੀ ਨਿਕਲੇ ਤੇ ਨੀਚੇ ਸੱਤ ਬਣਾਈਆਂ ਬੱਚੀ ਸੀ ਪੰਦਰਾਂ ਸੋਲ੍ਹਾਂ ਅਠਾਰਾਂ ਸਾਲ ਤੇ ਰਸੋਂ ਸਿਰ ਮਾਰੇ ਸਾਫ਼ ਹੋ ਗਈ ਉਹ ਨਾਤੀ ਨਹੀਂ ਸੀ ਨਾ ਦਸ ਦਿਨ ਹੋ ਗਏ ਸਨ ਇੰਨੀ ਉਹਦੇ ਸਿਰ 'ਚ ਖੁਸ਼ਕੀ ਤੇ ਗੰਦਾ ਸਿਰ ਗਰਮੀਆਂ ਚ ਜ਼ਿਆਦਾ ਪੈਂਦੀਆਂ ਜਾਂ ਸਿਰ ਨਾ ਨਾ ਸਾਫ ਕਰੋ ਤੁਸੀਂ ਗੰਦਾ ਰੱਖਣਾ ਪੈ ਜਾਂਦਾ ਹਾਂ ਯਾਦ ਹੀ ਨਾ ਬਰੀਕ ਤੱਖਾਂ ਸਹੀ ਹੈ ਭਰਜਾਈ ਸੈੱਟ ਹੋ ਗਈ ਹਾਂ ਮਹੀਨਾ ਹੋ ਗਿਆ ਹਾਂ ਜੀ ਘਿਓ ਕਿੰਨੇ ਦਾ ਕਿਲੋ ਮਿਲਦਾ ਦੇਸੀ ਕਿਲੋ ਮੈਂ ਤੈਨੂੰ ਪਾਉਂਦੀ ਤੇਰੇ ਵਾਸਤੇ 1200 ਤੂੰ ਨਾ ਮੈਂ ਘਰ ਵਾਸਤੇ ਵਧੀਆ ਨਾ ਇੱਦਾਂ ਉਹ ਕਿਲੋ ਨਿਕਲਿਆ ਮੇਰੇ ਨਾ ਕੰਬਰ ਦੀ ਦਰਦ ਨਹੀਂ ਜਾਂਦੀ ਕਹਿੰਦੇ ਨੇ ਭਾਂਡਾ ਬਣਾ ਕੇ ਖਾ ਵਿੱਚ ਪਾ ਕੇ ਨਾ ਸੁੰਦ ਸੰਡ ਤੇ ਉਹ ਐਦਾਂ ਕਿ ਕਿਲੋ ਬਾਜੀ ਨੇ ਕੱਢੀ ਜਿਹੜਾ ਡੱਬੇ 'ਚ ਨਹੀਂ ਪਿਆ ਇੱਕ ਤਾਂ ਛੋਟੀ ਡੱਬੀ ਹੈ ਨਾ ਫਿਰ ਤਾਂ ਮੈਂ ਤੈਨੂੰ ਅੱਧਾ ਕਿਲੋ ਲੈ ਗਿਆ ਸੀ ਲੈ ਕੇ ਜਾਣਾ ਕਿਲੋ ਘੱਟ ਹੋਣਾ ਕਿਲੋ ਹੁਣ ਮਲਾਈ ਇਕੱਠੀ ਹੋਏਗੀ ਤੇ ਫਿਰ ਮੈਂ ਤੈਨੂੰ ਅਗਲੇ ਮਹੀਨੇ ਹੀ ਹੁਣ ਜੁੜੇਗਾ ਚਲੋ ਅੱਜ ਤਾਂ ਅੱਧਾ ਡੱਬਾ ਹੋਇਆ ਜਦੋਂ ਵੀ ਜੁੜੇ ਭਾਜੀ ਮੈਂ ਅੱਧਾ ਕਿਲੋ ਲੈ ਕੇ ਆਈ ਮੇਰੇ ਬਾਲਾਂ ਨੇ ਖਾ ਲੈਣਾ ਮੈਂ ਕਰਾਂ ਤੇ ਤੂੰ ਭਾਂਡਾ ਬਣਾ ਲਓ ਮੈਂ ਅੱਧਾ ਕਿਲੋ ਨਾਲ ਕੀ ਬਣਾਵਾਂ ਕਿਲੋ ਤਾਂ ਹੋਵੇ ਘੱਟ ਘੱਟ ਇੰਨਾ ਪੈਂਦਾ ਉਹਦੇ 'ਚ ਹੋਰ ਡੇਢ ਦੋ ਕਿਲੋ ਮੇਰੀ ਭਾਬੀ ਨੇ ਬਣਾਇਆ 3 ਕਿਲੋ ਪਾ ਕੇ ਅਸੀਂ ਵੀ ਦੇ ਲਾਜੀ ਭਾਂਡੇ 'ਚ ਪੈਂਦਾ ਮੈਂ ਖਾਂਦੀ ਨਹੀਂ ਹੁਣ ਮੈਨੂੰ ਨਹੀਂ ਪਤਾ ਨਾ ਉਹਨੂੰ ਬਣਾਉਂਦੇ ਨੇ ਤਾਂ ਮੈਨੂੰ ਨਹੀਂ ਪਤਾ ਕਿ ਨਹੀਂ ਬਣਾਉਂਦੇ ਪਰ ਜਿਹੜੇ ਬਦਾਮ ਬਦੂਮ ਪੈਂਦੇ ਨੇ ਹਨਾ ਬਦਾਮ ਕਸਕਾਸ ਸੁੰਦਰ ਚਾਰੇ ਮਾਜ ਹਾਂ ਤਾਂ ਘੱਟ ਤੁਸੀਂ ਕਦੇ ਪਜੀਰੀ ਨਹੀਂ ਬਣਾਈ ਨਹੀਂ ਮੈਨੂੰ ਨਹੀਂ ਇਹ ਚੀਜ਼ਾਂ ਬਣਾਉਣੀ ਮੈਂ ਦੇਸੀ ਘਿਓ ਖਾਂਦੀ ਨਹੀਂ ਤੇਰੇ ਸਾਹਮਣੇ ਮੈਂ ਮੇਰੀ ਰੋਟੀ ਨੂੰ ਵੇਖੀ ਕਦੀ ਲੱਗੀ ਇੰਝ ਦੀਆਂ ਚੀਜ਼ਾਂ ਮੇਰੀ ਨਾਨੋ ਬਣਾਉਂਦੇ ਮੈਂ ਨਹੀਂ ਕਿਤੇ ਉਹ ਬਣਾ ਕੇ ਬਣਾਉਂਦੇ ਮੈਂ ਖਾਂਦੀ ਨਹੀਂ ਉਹਨਾਂ ਨੂੰ ਪਤਾ ਛਿਲੀਆਂ ਦੇ ਛਿਲੇ ਦੇ ਵਿੱਚ ਵੀ ਸਾਰਿਆਂ ਦੂਸਰਿਆਂ ਨੇ ਖਾ ਛੱਡਿਆ ਸੀ ਮੇਰਾ ਮੈਂ ਤਾਂ ਖਾਧਾ ਹੀ ਗਈ ਤੂੰ
ਤੂੰ ਆਪਣੀ ਭਾਬੀ ਜੰਜ ਬਣਾਉਂਦੀ ਆ ਨਾ ਉਹਦੇ ਕੋਲ ਪੁੱਛ ਕੇ ਬਣਾ। ਬਾਜੀ ਕੁਸਰ ਦੀ ਨੂੰ ਆ ਗਈ ਆ ਤੇ ਚਾਰੀ ਤੇ ਚਲੇ ਗਈ ਸੁਰੇ ਮਾਰੀ ਦਾ ਉਹ ਤੇਰਾ ਪਿਓ ਨਹੀਂ ਸਪੋਤ ਹੋ ਗਿਆ ਹਾਂ ਤੇ ਉਹ ਪਿਓ ਹੀ ਲੈ ਕੇ ਗਿਆ ਹੱਥੀ ਆਦੇ ਤੇ ਉਹ ਪਿੱਛੇ ਆਈ ਨਹੀਂ ਅੱਛਾ ਵਹਿੰਦੀ ਪਈ ਹਾਂ ਮੈਨੂੰ ਕਿਸੇ ਨੇ ਨਾ ਜ਼ੈਤੂਨ ਦਾ ਡੱਬਾ ਗਿਫਟ ਕੀਤਾ ਨਿਕਾਸਾ ਡਾ ਸੋਨਾ ਬਣਿਆ ਤੇ ਮੈਂ ਆਈ ਹਾਂ ਜ਼ੈਤੂਨ ਦਾ ਡੱਬਾ ਵੀ ਕਦੇ ਕਿਸੇ ਨੂੰ ਗਿਫਟ ਕਰੀ ਸਰਦੀਆਂ ਜਿੱਥੇ ਸੁਆਦ ਹੈ ਹਾਂ ਚਸ ਨਾ ਨਾਲ ਨਾਲ ਝਾਤੀ ਵੀ ਮਾਰ ਦੇਣਾ ਸਰ ਝਾਤੀ ਮੈਂ ਕੁਛ ਨਹੀਂ ਆਇਆ ਉਸਨੇ ਬਾਜੀ ਨੇ ਮੈਨੂੰ ਅੱਧਾ ਘੰਟਾ ਲਾਇਆ ਸਿਰ ਚ ਸਿਆ ਨਾਲ ਸਿਰ ਵੇਖਿਆ ਕਿਹੜੀ ਬਾਜੀ ਮੇਰੀ ਨਾ ਨਾਲ ਉਹਨਾਂ ਦੀ ਵੀ ਬੰਦੀ ਨਾ ਤੂੰ ਆਏ ਰਹਿਣ ਤਾਂ ਨੂੰ ਆਏ ਰਹੀ ਸੀ ਬਾਈ ਸਪਾਰਿਆ ਲਈ ਬਣਵਾਉਂਦੀ ਆਂਦੀਆਂ ਵੀਰਕਾ ਕਿਉਂ ਹੋ ਪਰਨੰਦੀ ਮਹਿੰਦੀ ਨਹੀਂ ਲਵਾਉਣੀ ਬਣਾਈ ਨਹੀਂ ਕਹਿੰਦੇ ਦਾ ਇਹਨੇ ਕੋ ਕਦੋਂ ਮਿਲਵਾਈ ਆ ਅੱਛਾ ਉਹ ਤੇ ਇੱਥੇ ਜਨਾਹ ਪਾ ਗਈ ਉਹਨੇ ਲਈ ਸੀ ਅੱਛਾ ਇਹ ਤਾਂ ਰਾਤ ਨੂੰ ਹੁੰਦੀ ਸੀ ਨਾ ਬਾਜੀ ਬਣਵਾਉਂਦੇ ਆ ਲਾਜ਼ਮੀ ਕੱਪੜੇ ਧੋ ਕੇ ਇਹਨਾਂ ਦੇ ਪਾਉਂਦੇ ਸੀ ਕਿੱਥੇ ਇਹਨਾਂ ਦੇ ਇਹਨਾਂ ਸਾਹਮਣੇ ਆ ਗਏ ਵੱਧ ਕਰ ਗਏ ਹਾਂ ਤੇ ਛੱਡ ਤੇ ਧੋ ਤੇ ਉਹ ਆ ਜਾਣਗੇ ਤੇ ਪਾਉਂਦੇ ਇੱਥੇ ਤੈਨੂੰ ਕਿਉਂ ਉੱਧਰ ਹੈ ਕੋਈ ਪਿੱਛੇ ਸੇਨ ਹੈ ਨਹੀਂ ਹਮ ਤੇ ਇਹਨਾਂ ਦਾ ਮਾਸ਼ਾਲਾ ਸਹੀ ਹੈ
ਕੁਰਬਾਨੀ ਦਾ ਗੋਸ਼ਤ ਜਿਹੜਾ ਆਉਂਦਾ ਨਾ ਉਹਦੀ ਰੱਖ ਦੇ ਕੁਛ ਐ ਲਾ ਮੈਂ ਨਾ ਰੱਖਿਆ ਹੀ ਥੋੜਾ ਜਿਹਾ ਤਾਂ ਖਰਾਬ ਹੀ ਹੋ ਗਿਆ ਬੱਚੇ ਹਜੇ ਤੱਕ ਰੱਖਿਆ ਨਹੀਂ ਗਿਆ ਤਾਂ ਕਿੱਥੇ ਉਦੋਂ ਦੀ ਗੱਲ ਕਰਨੀ ਵੀ ਨਹੀਂ ਸਾਡਾ ਤਾਂ ਕਿਸੇ ਦਾ ਨਹੀਂ ਕਾਲਾ ਹੀ ਹੋ ਗਿਆ ਮੈਂ ਪਤਾ ਨਹੀਂ ਕਿਹਦਾ ਕਿਵੇਂ ਕਰਵਾਇਆ ਸੀ ਕਿਸੇ ਦੇ ਘਰ ਹੀ ਆਇਆ ਸੀ ਖਰਾਬ ਹੋਣਾ ਕੁਰਬਾਨੀ ਸਹੀ ਤੇ ਉਹ ਬਾਜੀ ਨੇ ਆਨੀਆਂ ਦਾ ਨਹੀਂ ਤਾਂ ਗੋਸ਼ਤ ਵੇਲਾ ਮੈਂ ਸੁੰਬਰ ਰੌਣ ਦਿੱਤਾ ਹੀ ਕੁਰਬਾਨੀ ਦਾ ਆ ਕਸਮੇ ਜੋਨੀ ਬਾਜੀ ਨੂੰ ਤਾਂ ਬੋਲ ਲਈ ਤੈਨੂੰ ਕਿੰਜ ਪਤਾ ਚੱਲਿਆ ਕੁਰਬਾਨੀ ਕੁਰਬਾਨੀ ਦਾ ਮੈਨੂੰ ਪੁੱਛਿਆ ਸੀ ਮੈਂ ਆ ਚਾਰ ਪੰਜ ਦਿਨ ਹੋਏ ਨੇ ਤੇ ਐਡਾ ਸੋਹਣਾ ਲਾਹੌਰ ਦਾ ਗੋਸ਼ਤ ਸਾਜੇ ਮੈਂ ਸਭ ਕੁਛ ਲਾ ਮੈਂ ਤਾਂ ਪੁੱਛਣੀ ਨਹੀਂ ਤੈਨੂੰ ਮੰਨਣ ਵਾਲੀ ਗੱਲ ਨਹੀਂ ਆ ਇੰਨੀ ਦੇਰ ਤੋਂ ਨਿਕਲਦੇ ਨਹੀਂ ਕਿਸੇ ਦਾ ਗੋਸ਼ਤ ਪੱਕ ਜਾਂਦਾ ਇਹ ਤਾਂ ਉਂਝ ਵੀ ਖਾਂਦੀਆਂ ਨੇ ਬੜਾ ਜ਼ਿਆਦਾ ਗੋਸ਼ਤ ਵਗੈਰਾ ਸਹੀ ਸੀ ਰਾਤੀ ਪਕਾਇਆ ਵੱਡਾ ਸੀ ਕਿ ਛੋਟਾ ਵੱਡਾ ਤੈਨੂੰ ਤਾਂ ਵੱਡੇ ਗੋਸ਼ਤ ਦੀ ਬਿਰਿਆਨੀ ਬੜੀ ਪਸੰਦ ਮੈਨੂੰ ਕਿਹੜੀ ਸ਼ਾਇਦ ਪਸੰਦ ਜੋ ਨਾਲੀ ਹੈ ਤਾਂ ਖਾ ਲਈ ਹੈ ਹੈਂ ਚੰਗਾ ਕਰ ਲਈ ਹੈ ਹਾਂ ਇਹਨਾਂ ਹਰੇ ਕੰਮ ਤੇ ਫਿਰ ਉਹ ਜਿਹਨੂੰ ਕਿਸੇ ਨੇ ਸਾਈਕਲ ਨਾਲ ਸਾਡਾ ਖਾ ਲਈ ਹੈ ਸਾਈਕਲ ਤੂੰ ਨਹੀਂ ਜੋ ਲੱਭੇ ਮੈਂ ਖਾ ਛੱਡੀ ਹਾਂ ਹਾਂ ਲੋਕ ਕੀ ਕਰਵਾਉਂਦੇ ਨੇ ਕਰੋ ਚਾਸ ਨਾ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਜੇ ਹੱਥ ਮੇਰੇ ਮਨ ਨਹੀਂ ਹੈ ਨਾ ਹੱਥ ਤੇ ਪੈਰ ਮਾਰ ਕੇ ਨਾ ਫਿਰ ਪੰਨਾ ਦੇ ਵਿੱਚ ਮਸਾਜ ਕਰਦੇ ਆ ਉਤਲੀ ਕੋ ਨਹੀਂ ਅੱਜ ਕੱਲ ਲੰਘ ਜਾਂਦੀ ਪਈ ਉਤਲੀ ਕੋ ਨਹੀਂ ਜਾਂਦੀ ਪਈ ਬਾਂ ਤੂੰ ਮੈਨੂੰ ਨਹੀਂ ਲਾਇਆ ਹੀ ਜਾਂ ਤੇ ਸਵੇਰ ਦੀ ਮਸ਼ੀਨ ਚਲੀ ਨਹੀਂ ਲਾਈ ਹੁੰਦੀ ਹੈ ਰਾਤ ਵੀ ਰਹਿ ਜੇ ਯਾ ਤੇ ਗੰਦਾ ਧੁੰਦਾ ਹੈ ਗੰਦਾ ਧੁੰਦਾ ਰਹਿੰਦਾ ਇੰਨੀ ਮਸ਼ੀਨ ਕੱਲ ਸਵੇਰ ਦੀ ਚੱਲਦੀ ਸੀ ਪਈ ਸਵੇਰ ਦੀ ਲੱਗੀ ਨਾ ਰਾਤ ਹੋ ਗਿਆ ਸੀ ਤੇਲੀ ਵਾਲ ਨੇ ਉਹਨਾਂ ਦੇ ਸਾਡੇ ਦੋ ਨੇ ਤੇ ਉਹਨਾਂ ਦੇ ਤਿੰਨ ਤੇਰੇ ਨਾਲ ਹੀ 27 ਮਿੰਟ ਹੋ ਗਏ ਹੁਣ ਅੱਗੇ ਟੁਰਨੀ ਅੱਗੇ ਚੱਲਣਾ ਪੈਂਦਾ ਹੀ ਹੁਣ ਕਿਹਦਾ ਕਰਨ ਦਾ ਮਿਲਿਆ ਨਹੀਂ ਤਾਂ ਨਹੀਂ ਬਾਜੀ ਉੱਧਰ ਜਾਂਦੀ ਚੜੇ ਉਹਦੇ ਵੱਲੇ ਚਲੋ ਚੰਗੀ ਹੈ ਜਦੋਂ ਫਿਰ ਵੀ ਸਾਸ ਹੋਣੇ ਖੱਤਰੀ ਹੈ ਹਾਂ ਬਾਜੀ ਮੇਰਾ ਬੜਾ ਸਾਸ ਮਾਸ਼ਾ ਲੱਗਾ ਕੇ ਲੜ ਪੈਂਦੀ ਆ ਫਿਰ ਬੜੀ ਚੁੱਪ ਕਰਦੀ ਨਾ ਇਹ ਕਰਿਆ ਕਰ ਥੱਲੇ ਕਰੋ ਉਹਨੇ ਜਵਾਬ ਦਿੱਤਾ ਹੈ ਜਿਦੇ ਜਾਣਾ ਸੀ ਅਲਟਰਾਸਾਊਂਡ ਕਰਵਾਉਣ ਉਹਨੇ ਆਖਿਆ ਕੱਲ ਆਇਆ ਤੇਰੀ ਬੱਚੀ ਨੇ ਉਹਨੇ ਆਖਿਆ ਕੱਲ ਆਇਆ ਵੇਖਾਂਗੇ ਨਾ ਪੁੱਤਰ ਮੈਂ ਤਾਂ ਨੀ ਆਉਣਾ ਹੀ ਆਉਣਾ ਨੀਚੇ ਤਾਂ ਜਾ ਕੇ ਕਰੋ ਅਜੇ ਮਾਮਾ ਤੇਲ ਲਾਉਂਦੀ ਹੈ ਭੀ ਆਏ ਚਲੋ
ਖੁਸ਼ ਰਹਿੰਦੀਆਂ ਨੇ, ਦੋ ਤਿੰਨ ਦਿਨ ਜਾਣਬੁੱਝ ਕੇ ਛੇੜਦੀਆਂ। ਪੂਰਾ ਆ ਜਾਂਦਾ ਹੀ ਇਹਨਾਂ ਸਾਰੀਆਂ ਨੂੰ ਅੰਦਰ, ਜੋ ਜੋ ਬੋਲਦੀਆਂ ਨੇ ਨਾ ਇੰਝ ਕਰ ਤੇ ਇੰਝ ਕਰ। ਨੀ ਆ ਜਿਹੜੀ ਕੀ ਨਾ ਇਹਨਾਂ ਨੂੰ ਕੰਮ ਵਾਲੀ ਉੱਥੇ ਜਾ ਕੇ ਲੱਭ ਗਈ ਸੋਨੀਆ, ਲੱਭ ਗਈ ਕਿਆ ਪੀ ਕਰਦੀ ਆ? ਨਹੀਂ ਲੱਭ ਗਈ ਤੇ ਤੈਨੂੰ ਕਿਹਾ ਨਹੀਂ ਵੀ ਉੱਧਰ ਵੀ ਕਰ ਆਇਆ ਕਰ, ਉਹ ਤੈਨੂੰ ਦੂਰ ਪੈ ਜਾਣਾ ਸੀ ਜੈਸੀ ਵੀ ਇੱਥੋਂ ਟੁੱਟ ਗਈ ਤੇ ਫਿਰ ਕਮਰੇ ਸੜਨਾ ਜ਼ਿਆਦਾ ਨੀ। ਅੱਛਾ ਇਹ ਜਿਹੜਾ ਕਮਰੇ ਚ ਸਮਾਨ ਇਹਨਾਂ ਦਾ ਪਿਆ ਹੈ ਨਾ ਉੱਤੇ ਉਹਨਾਂ ਕੋਲ ਕਮਰਾ ਹੈ। ਅੱਛਾ ਉਹਨਾਂ ਕੋਲ ਤਿੰਨ ਕਮਰੇ ਨੇ ਤੇ ਇੱਕ ਟੀਵੀ ਨਾਲ ਸਾਡੇ ਕੋਲ ਦੋ ਨੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਵੇਖਣੀਆਂ ਨਸੀਬ ਕਰੇ। ਜਨਮੇ ਨੇ ਤੇ ਬਾਜੀ ਆਪਦੇ ਮਾਂ ਪਿਓ ਨੇ ਸੰਭਾਲਣੇ ਨੇ, ਕੋਈ ਕਿਸੇ ਨੂੰ ਸੰਭਾਲਦਾ ਕੋਈ ਨੀ ਕਿਸੇ ਨੂੰ ਸੰਭਾਲਦਾ ਪੁੱਛਣਾ ਆ ਕਿ ਤੂੰ ਨਾਂ ਕਿਉਂ ਲਾਇਆ ਨੀ ਮੇਰਾ ਝੂਠਾ ਬੀਨਾ ਦਾ ਨਾਂ ਲਾ ਛੜੀ ਮੇਰੇ ਕੁੱਟ ਕੁੱਟੀ ਆਈ ਹੱਥੀ ਮੇਰੇ ਕਿਸੇ ਦਿਨ ਚੜ੍ਹਦੀ ਨੀ ਪੀ ਹੈ ਮੈਂ ਗੱਡੀ 'ਚ ਬੈਠੀ ਹੋਵਾਂ ਜਾਂ ਕਿਧਰੇ ਜਾਂਦੀ ਸਕੂਟਰ 'ਤੇ ਹੋਵਾਂ ਫਿਰ ਮੇਰੀ ਮੁਲਾਕਾਤ ਹੋਈ ਉਹਦੇ ਨਾਲ ਹੀ ਸੀ ਉਸ ਦਿਨ ਬਾਜੀ ਬੀਨਾ ਨਾਲ ਨਾ ਦੋ ਤਿੰਨ ਹਫ਼ਤੇ ਹੋ ਗਏ ਮੈਂ ਕਿਹਾ ਪੁੱਤਰੀ ਹੋਈ ਆ ਮੁਬਾਰਕ ਹੋਏ ਕਹਿੰਦੀ ਹੈ ਮੁਬਾਰਕ ਅਸੀਂ ਪਾਪ ਜਾਂਦੇ ਸਭ ਇਹ ਕਹਿ ਕੇ ਉਹ ਇੱਧਰ ਆ ਗਈ ਇਹ ਜਿਹੜੇ ਕੋਨੇ ਵਾਲਾ ਘਰ ਨੇ ਮਹੀਨਾ ਹੋ ਗਏ ਇੱਥੋਂ ਦਰਦ ਸਟਾਰਟ ਹੁੰਦੀ ਹੈ ਇੱਥੇ ਤੱਕ ਜਾਂਦੀ ਹੈ ਕਿਉਂ ਪਤਾ ਨਹੀਂ ਕੀ ਬਾਜੀ ਮੈਨੂੰ ਆਉਂਦੇ ਸਾਂ ਭਾਅ ਤੈਨੂੰ ਰੇਸ਼ਾ ਹੈ ਮੈਨੂੰ ਲੱਗਦਾ ਅਤੇ ਯਕਦਮ ਇੰਨੀ ਜਿਹੜੀ ਟੀਸਾਂ ਨਹੀਂ ਉੱਠਦੀ ਇੱਕ ਉਹ ਹੁੰਦੀ ਹੈ ਨਾ ਜਿਹੜੀ ਅੱਧੇ ਦਰਦ ਦੇ ਉਹਨੂੰ ਦਰਦ ਦੇ ਸ਼ਕੀਕਾ ਹੋ ਜਾਂਦੇ ਇਹ ਉਸ ਟਾਈਪ ਦੀ ਆ ਹੁਣ ਨਹੀਂ ਤੇਰੇ ਦਿਓਰ ਨੇ ਵੇਖਿਆ ਵੀਡੀਓ ਵਗੈਰਾ ਵੀਡੀਓ ਹਾਂ ਬਾਜੀ ਮੈਂ ਉੱਧਰ ਜਾਂਦੀ ਹਾਂ ਮੈਨੂੰ ਪਤਾ ਉਹ ਨੈੱਟ 'ਤੇ ਗੱਡੀ ਚਲਾਉਂਦਾ ਨਾ ਬਾਜੀ ਅੱਛਾ ਉਹਨੇ ਗੱਡੀ ਲਾਈ ਆ ਗੱਡੀ ਕਿ ਰਿਕਸ਼ਾ ਰਿਕਸ਼ਾ ਜਾਂਦੇ ਨੇ ਨੈੱਟ 'ਤੇ ਨੈੱਟ 'ਤੇ ਉਹ ਸਦਾ ਲਾਉਂਦਾ ਨਾ ਸਵਾਰੀਆਂ ਮੈਂ ਕਦੇ ਤੈਨੂੰ ਗਈ ਨਹੀਂ ਬਾਜੀ ਆਖੀ ਮੈਂ ਪਾਇਆ ਹੁੰਦਾ ਮੂੰਹ ਤੈਨੂੰ ਖਾਬ ਅਤੇ ਨਾਲੇ ਮਾਲਸ਼ ਖਾਨੇ ਕੋਈ ਭੈੜਾ ਕੰਮ ਹੈ ਜਵਾਬ ਦੇ ਲਾ ਉਹਨਾਂ ਨੂੰ ਛੇੜਦੀਆਂ ਨੇ ਜਾਣ ਬੁੱਝ ਕੇ ਉਹ ਛੇੜ ਪੈਂਦਾ ਵੱਡਾ ਨਹੀਂ ਤੇਰਾ ਉਹ ਬੋਲਦਾ ਘੱਟ ਬੋਲਦਾ
ਬੈਠੀਆਂ ਸੀ। ਆਹਾਂ ਇਹ ਇੱਕ ਜ਼ਨਾਨੀ ਦੇ ਨਾਲ ਹੁੰਦੀ ਹੈ, ਉਹ ਕੌਣ ਹੈ? ਕਿੰਦੇ ਨਾਲ? ਪਤਾ ਨਹੀਂ, ਇੱਕ ਜ਼ਨਾਨੀ ਹੁੰਦੀ ਹੈ ਇਹਦੇ ਨਾਲ, ਦੋ ਇਕੱਠੀਆਂ ਹੁੰਦੀਆਂ ਨੇ। ਮਿਸਬਾ ਹੈ ਇੱਕ ਉਹਦੀ ਭਰਜਾਈ ਹੈ। ਮੈਂ ਕਿਹਾ ਹੈ ਐਵੇਂ ਅਜੇ, ਮੈਂ ਕਿਹਾ ਹਲੇ ਬੀਤ ਗਈ ਹੈ ਨਾ ਬਾਜੀ, ਮੈਨੂੰ ਕਿਉਂ ਮਾਰਦੇ ਹੋ ਅਜੇ? ਯਾਰ ਦੇਖਿਆ ਇਸ ਤੇ ਥੋੜੀ ਗਰਦਨ ਕੀ ਵੀ ਅੰਦਰ ਕੀ ਹੈ ਔਰ ਕਾਨੋ ਕੀ ਵੀ, ਅਬ ਹਾਥ ਔਰ ਪਾਉਂ ਕੀ ਇਸ ਤੇ ਕਰਵਾ ਦੋ।